اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد ਰਹਿਮਾਨ ਰਹੀਮ ਅਸਲਾਮ ਅਲੈਕੁਮ ਪਿਆਰੇ ਯੂਨੀਵਰਸਿਟੀ ਹਾਲ ਠੀਕ ਠਾਕ ਹੋ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਜੀ ਵੱਸਦੇ ਰਹੋ ਅਤੇ ਵੱਸਦੇ ਰਹੋ ਅੱਲਾ ਪਾਕ ਤਮਾਮ ਮੁਸਲਮਾਨਾਂ ਦੀਆਂ ਮੁਸੀਬਤਾਂ ਪਰੇਸ਼ਾਨੀਆਂ ਔਰ ਬਿਮਾਰੇ ਕੋਲੋਂ ਮਹਿਫੂਜ਼ ਰੱਖੇ ਜੀ ਦੁਆ ਕਰੋ ਅੱਲਾ ਪਾਕ ਜਿੰਨੇ ਮੁਸਲਮਾਨਾਂ ਦੇ ਜੋ ਕਾਰੋ ਫੋਟੋ ਹੁੰਦੇ ਅੱਲਾ ਪਾਕ ਉਹਨਾਂ ਦੀ ਬਖਸ਼ਿਸ਼ ਕਰੇ ਅੱਲਾ ਪਾਕ ਸਾਡੇ ਬਾਲਿਆਂ ਦੀ ਬਖਸ਼ਿਸ਼ ਕਰੇ ਜੀ ਆਮੀਨ ਸਾਰੀ ਦੇ ਸੁਬਹ ਦਾ ਟਾਈਮ ਆ ਜਾ ਰਹੇ ਜੀ ਆਪਣੇ ਕੰਮ 'ਤੇ ਜੀ ਪਤਾ ਵੀ ਈਦ ਦਾ ਸੀਜ਼ਨ ਆ ਅਤੇ ਅੱਲਾ ਖੈਰ ਕਰੇ ਮੌਸਮ ਅੱਜ ਕਾਫੀ ਠੰਡਾ ਤਕਰੀਬਨ ਦੋ ਹਫ਼ਤਿਆਂ ਤੋਂ ਬਾਅਦ ਅੱਜ ਮੌਸਮ ਕੁਛ ਬਿਹਤਰ ਹੋਇਆ ਵਾ ਸ਼ਿਮਾਲ ਦੀ ਕੁਛ ਠੰਡੀਆਂ ਹਵਾਵਾਂ ਆਈਆਂ ਕਿਉਂਕਿ ਇੱਧਰ ਬਲਾਈ ਪੰਜਾਬ ਵਾਲੇ ਪਾਸੇ ਲਾਹੌਰ ਵਾਲੇ ਪਾਸੇ ਕਿਤੇ ਕਿਤੇ ਮਕਾਮ 'ਤੇ ਬਾਰਿਸ਼ ਪਈ ਆ ਪਰੀ ਮੂਨਸੂਨ ਅਤੇ ਮਗਰਬੀ ਹਵਾਵਾਂ ਦੇ ਮਿਲਾਪ ਨਾਲ ਅਤੇ ਜਿਹਦੀ ਵਜ੍ਹਾ ਨਾਲ ਮੌਸਮ ਕੁਛ ਬਿਹਤਰ ਹੋਇਆ ਉਮੀਦ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ੀਦ ਬਿਹਤਰ ਹੋ ਜਾਏਗਾ ਜੇ 15-20 ਦਿਨ ਸ਼ਦੀਦ ਗਰਮੀ ਪਈ ਆ ਪਾਕਿਸਤਾਨ ਦੇ ਵਿੱਚ ਗਰਮੀ ਦੇ ਲਹਿਰਾਂ ਵੱਖੇ ਵੱਖੇ ਨਾਲ ਆਉਣਗੀਆਂ ਅਤੇ ਜੁਲਾਈ ਦੇ ਵਿੱਚ ਪਹਿਲੇ ਹਫ਼ਤੇ ਤੋਂ ਇਨਸ਼ਾਅੱਲਾ ਮੂਨਸੂਨ ਬਾਰਿਸ਼ਾਂ ਬਕਾਇਦਾ ਨਾਲ ਸ਼ੁਰੂ ਹੋਣਗੀਆਂ ਅਤੇ 3 ਮਹੀਨੇ ਜੁਲਾਈ ਅਗਸਤ ਸਤੰਬਰ ਬਿਹਤਰੀਨ ਬਾਰਿਸ਼ਾਂ ਜੀ ਅੱਲਾ ਖੈਰ ਰੱਖੇ ਜੀ ਅਸੀਂ ਜਾ ਰਹੇ ਹਾਂ ਕੱਪੜਾ ਵੇਚਣ ਅਤੇ ਆਪਣੇ ਪਿੰਡਾਂ ਥਾਵਾਂ 'ਤੇ ਬਸਤੀਆਂ ਵੱਲ 6 ਚੱਕ ਦਾ ਰਾਊਂਡ ਆ 9 ਚੱਕ ਦਾ ਅਤੇ ਇਹਨਾਂ ਦੇ ਲੋਕਾਂ ਦੀਆਂ ਬਸਤੀਆਂ ਜਿਹੜੀਆਂ ਹੁੰਦੀਆਂ ਛੋਟੇ ਛੋਟੇ ਡੇਰੇ 6 ਚੱਕ ਦੇ ਇਹਨਾਂ ਡੇਰਿਆਂ 'ਤੇ ਜਾਵਾਂਗੇ ਅਤੇ ਮੇਰੇ ਭਰਾ ਜਿਹੜੇ ਚੈਨਲ 'ਤੇ ਨਵੇਂ ਆ ਉਹ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਅਤੇ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਜੀ ਤੁਹਾਡੀਆਂ ਮੁਹੱਬਤਾਂ ਸਾਡੇ ਨਾਲ ਜਿਨ੍ਹਾਂ ਭਰਾਵਾਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਡੇ ਨਾਲ ਤਾਵਨ ਕੀਤਾ ਹੈ ਅੱਲਾ ਪਾਕ ਉਹਨਾਂ ਦੇ ਰਿਜ਼ਕ ਵਿੱਚ ਉਮਰ 'ਚ ਬਰਕਤ ਦੇਵੇ ਜੀ ਆਮੀਨ ਅੱਜ ਲੋਕ ਖੇਤਾਂ ਨੂੰ ਪਾਣੀ ਲਾ ਰਹੇ ਆ ਗਰਮੀ ਦੀ ਵਜ੍ਹਾ ਨਾਲ ਫਸਲਾਂ ਪਾਣੀ ਮੰਗਦੀਆਂ ਅਤੇ ਲੋਕ ਖੇਤਾਂ ਨੂੰ ਪਾਣੀ ਲਾ ਰਹੇ ਟੂਬਲ ਚੱਲਣ ਦਿਆ ਸਾਹਮਣੇ ਇਹ ਸਾਹਮਣੇ ਬਸਤੀ ਆ ਗਏ ਜੀ ਗਰੀਬਾਬਾਦ ਚਾਚੇ ਨੇ ਕੱਟੇ ਪਾਲੇ ਹੋਏ ਜੀ ਇੱਕ ਜੋੜੀ ਉਹ ਆਉਂਦੀ ਪਈ ਕੱਟਿਆਂ ਦੀ ਛੋਟੇ ਛੋਟੇ ਕੱਟੇ ਲੈ ਕੇ ਪਾਲਦੇ ਆ ਫਿਰ ਯਾਨੀ ਕਿ ਸਵੇਰ ਟਾਈਮ 4 ਲਾ ਇਹਨਾਂ ਨੂੰ ਅਤੇ ਕਹਿ ਚਾਹੇ ਕੱਟੇ ਚੈੱਕ ਕਰੋ ਕੱਟਿਆਂ ਦੀ ਜੋੜੀ ਅੱਜ ਕੱਪੜਾ ਵੇਚ ਕੇ ਆਏ ਸੀਗੇ ਵਾਪਸ ਅਤੇ ਰੋਟੀ ਛੁੱਟੀ ਖਾ ਕੇ ਚੱਟ ਆਰਾਮ ਕੀਤਾ ਜੀ ਅਤੇ ਹੁਣ ਅੱਲਾ ਖੈਰ ਕਰੇ ਆਏ ਇੱਧਰ ਮੁਰੱਬੇ ਵੱਲ ਨੂੰ ਆਪਣੇ ਖੇਤਾਂ ਵੱਲ ਨੂੰ ਅਤੇ ਸ਼ਾਮ ਦੇ 5 ਵੱਜਦੇ ਪਏ ਜੀ
ਅਤੇ ਅਚਾਨਕ ਬੱਦਲ ਬਣ ਆਇਆ। ਇਹ ਦੇਖੋ ਆਸਮਾਨ ਦੇ ਉੱਤੇ ਹਲਕੇ ਤੋਂ ਗਹਿਰੇ ਬੱਦਲ, ਬਾਕੀ ਆਸਮਾਨ ਹੋਇਆ ਧੁੰਦਾ ਧੁੰਦਾ, ਜਿਵੇਂ ਹਨੇਰੀ ਆਉਣ ਲੱਗੀ ਆ, ਕਿਉਂਕਿ ਪਰੀ ਮੂਨਸੂਨ ਅਤੇ ਮਗਰਬੀ ਹਵਾਵਾਂ ਅੱਜ ਸ਼ਾਮ ਰਾਤ ਤੋਂ ਪਾਕਿਸਤਾਨ 'ਚ ਦਾਖਲ ਹੋ ਰਹੀਆਂ, ਜਿਨ੍ਹਾਂ ਦੇ ਮਿਲਾਪ ਨਾਲ ਪਾਕਿਸਤਾਨ ਦੇ ਬਲਾਈ ਇਲਾਕੇ ਜ਼ਿਆਦਾਤਰ ਇਹਨਾਂ ਇਲਾਕਿਆਂ ਵਿੱਚ ਬਾਰਿਸ਼ ਦਾ ਚਾਂਸ ਬਣਦੇ ਅੱਜ ਸ਼ਾਮ ਰਾਤ ਤੋਂ। ਅਤੇ ਸਾਡੇ ਇਲਾਕੇ ਵੱਲ ਅੱਗੇ ਵੀ ਪਤਾ ਹਨੇਰੀ ਆਉਂਦੀ ਹੈ, ਬਾਰਿਸ਼ ਦਾ ਚਾਂਸ ਘੱਟ ਵਾ, ਹਨੇਰੀ ਇੱਧਰ ਆ ਜਾਂਦੀ ਹੈ, ਬਾਰਿਸ਼ ਉਹਨਾਂ ਇਲਾਕਿਆਂ 'ਚ ਹੋ ਜਾਂਦੀਆਂ ਜੀ। ਇਸ ਵਾਸਤੇ ਮੌਸਮ ਕੁਛ ਕਦਰੇ ਬਿਹਤਰ ਹੋ ਗਿਆ, ਜਿਵੇਂ ਪਿਛਲੇ ਹਫ਼ਤੇ 10-15 ਦਿਨ ਗਰਮੀ ਪਈ ਨਾ ਸ਼ਦੀਦ, ਉਮੀਦ ਆ ਵੀ ਹੁਣ ਅੱਜ 4 ਤਰੀਕ ਆ, 4 ਤੋਂ ਲੈ ਕੇ 7-8 ਤਰੀਕ ਤੱਕ ਨਾ ਮੌਸਮ ਕੁਛ ਠੰਡਾ ਰਹੇਗਾ, ਕੋਈ ਠੰਡੀ ਹਵਾ ਆਏਗੀ। ਅਸੀਂ ਮੈਂ ਨਿਕਲੇ ਸੀ ਮਰੱਬਿਆਲ ਨੂੰ, ਹੁਣ ਕੋਈ ਚਹਿਲਕਦਮੀ ਹੋਜੂ ਤੁਹਾਨੂੰ ਵਾਲੇ ਆਪਣੇ ਖੇਤਾਂ ਦੀ ਫਸਲਾਂ ਦੇ ਸੂਰਤ ਹਾਲ ਤੁਹਾਨੂੰ ਦਿਖਾਉਂਦੇ ਜੀ। ਇਹ ਤਿਲ ਬੀਜੇ ਹੋਏ ਆ, ਇਹ ਦੇਖੋ ਬਾਗਾਂ ਦੇ ਕੀ ਹਾਲਾਤ ਬਣ ਗਏ ਆ। ਆਹ 2 ਹਫ਼ਤੇ ਜਿਹੜੀ ਗਰਮੀ ਪਈ ਆ ਉਹਦੀ ਲੋ ਗਰਮ ਹਵਾ ਚੱਲੀ ਆ, ਅਤੇ ਇਹ ਦੇਖੋ ਬੂਟੇ ਸੁੱਕਦੇ ਆਉਂਦੇ ਆ, ਉਤੋਂ ਉਤੋਂ ਪੱਤੇ ਜਿਹੜੇ ਨਾ ਉਹ ਸੁੰਗੜ ਗਏ ਆ, ਜਿਸ ਵਜ੍ਹਾ ਨੂੰ ਆਪਣਾ ਮਾਲਟਿਆਂ ਦਾ ਫਲ ਦਾ ਬੜਾ ਨੁਕਸਾਨ ਹੋ ਰਿਹਾ। ਇਸ ਵਾਸਤੇ ਗਾਂ ਆਉਣ ਵਾਲੇ ਵਕਤ ਵਿੱਚ ਮੌਸਮ ਦੇ ਵਿੱਚ ਜਦੋਂ ਮਾਲਟੇ ਦਾ ਮੌਸਮ ਆਉਣਾ ਕਿੰਨੂ ਦਾ ਫਲੂਟਰ ਦਾ, ਅਤੇ ਮਾਲਟੇ ਨੂੰ ਇਹਦੇ ਫਲ ਨੂੰ ਬੜਾ ਨੁਕਸਾਨ ਹੋਇਆ। ਉਹ ਲੱਗਾ ਛਾਣੀ ਵੱਟਾਂ ਪਾਉਣ, ਮਾਰੋ ਮਾਰ। ਪਹਿਲੇ ਕਪਾਹ ਬੀਜੀ ਸੀ, ਕਪਾਹ ਗਰਮੀ ਦੀ ਵਜ੍ਹਾ ਨਾਲ ਹੋਈ ਕੋਈ ਨਹੀਂ, ਅਤੇ ਹੁਣ ਇੱਥੇ ਪਤਾ ਨਹੀਂ ਕਿਹੜੀ ਸ਼ਾਇਦ ਬੀਜੀ ਜਾਂਦਾ ਇਹਨੇ। ਉਹ ਸੂਰਜ ਹੁਣ ਨਿਕਲ ਲੱਗਾ ਬੱਦਲਾਂ ਵਿੱਚੋਂ। ਆਹ 5-7 ਦਿਨ ਜਿਹੜਾ ਪਾਕਿਸਤਾਨ ਦੇ ਜਿਹੜੇ ਆ ਬਲਾਈ ਇਲਾਕੇ ਅਕਸਰ ਇਲਾਕਿਆਂ 'ਚ ਬਾਰਿਸ਼ਾਂ ਦੇ ਚਾਂਸ ਆ ਜੀ। ਅੱਲਾ ਪਾਕ ਖੈਰ ਰੱਖੇ, ਅੱਲਾ ਰਹਿਮਤ ਦੀ ਬਾਰਿਸ਼ ਦੇਵੇ। ਲਾਹੌਰ ਵਾਲੇ ਪਾਸੇ ਵੀ ਰਾਤੀ ਹੋਈ ਹਲਕੀ ਫੁਲਕੀ, ਅੱਜ ਰਾਤ ਸ਼ਾਮ ਰਾਤ ਫਿਰ ਉਹਦੇ ਚਾਂਸ ਹੈਗੇ ਆ। ਅੱਜ ਬੱਦਲ ਚੱਲ ਗਿਆ ਬਰੂਸਤਾਨ ਵਾਲੇ ਪਾਸੇ ਨੂੰ, ਫਿਰ ਤੇਜ਼ ਧੁੱਪ ਨਿਕਲ ਆਈ ਸਾਡੇ ਪਾਸੇ। ਅੱਜ ਖੇਤਾਂ ਦੇ ਖੂਬਸੂਰਤ ਮੰਜ਼ਰ, ਆਪਣੀਆਂ ਸ਼ਮਾਲ ਦੀਆਂ ਹਵਾਵਾਂ ਚੱਲਣ ਦੀਆਂ, ਠੰਡੀਆਂ ਗਰਮ